ਸੋਹਣੀਆਂ ਸਮਾਤਾਂ ਰੱਖਣ ਵਾਲੇ ਤਮਾਮ ਮੀਰਾਂ, ਤਮਾਮ ਮਿੱਤਰਾਂ ਅਤੇ ਤਮਾਮ ਭਰਾਵਾਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ ਅਤੇ ਨਮਸਤੇ। ਵੀਰੋ, ਅੱਜ ਦਾ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ ਸੁੱਚੀਆਂ ਗੱਲਾਂ, ਅਤੇ ਮੈਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ। ਅੱਜ ਅਸੀਂ ਗੱਲ ਕਰਾਂਗੇ ਇਨਸਾਨ ਦੇ ਜੀਵਨ ਦੇ ਬਾਰੇ 'ਚ। ਹਯਾਤੀ ਇਨਸਾਨ ਦੀ ਕਿੰਝ ਗੁਜ਼ਰਦੀ ਹੈ, ਜੱਗ ਤੋਂ ਜਿਹੜਾ ਡਰ ਜਾਂਦਾ ਹੈ, ਜੀਵਨ ਬਾਜ਼ੀ ਹਰ ਜਾਂਦਾ ਹੈ। ਮੂੰਹ 'ਚੋਂ ਨਿਕਲੇ ਬੋਲ ਨਹੀਂ ਭੁੱਲਦੇ, ਜ਼ਖਮ ਤਾਂ ਝੱਲਿਆ ਭਰ ਜਾਂਦਾ ਹੈ। ਓਏ, ਤੂੰ ਤੇ ਮਾਂ ਦੀ ਗੱਲ ਨਹੀਂ ਜੜਦਾ, ਰੱਬ ਤਾਂ ਤੇਰੀ ਜੜ ਜਾਂਦਾ ਹੈ। ਉਹਦੀ ਯਾਦ ਜਦੋਂ ਦੀ ਆਵੇ, ਬੱਦਲ ਅੱਖੀ ਭਰ ਜਾਂਦਾ ਹੈ। ਬੰਦਾ ਮਿੱਟੀ ਦਾ ਜੋ ਬਣਿਆ, ਹੌਲੀ ਹੌਲੀ ਖੁਰ ਜਾਂਦਾ ਹੈ। ਲਜਪਾਲਾਂ ਦੇ ਲੜ ਜੋ ਲੱਗਦਾ, ਡੁੱਬਦਾ ਨਹੀਂ ਉਹ ਤਰ ਜਾਂਦਾ ਹੈ। ਹਿਜਰਾਂ ਦੇ ਵਸ ਪੈ ਕੇ ਤਾਹਿਰ, ਹਿਜਰਾਂ ਦੇ ਵਸ ਪੈ ਕੇ ਤਾਹਿਰ, ਕਸਮੇ ਬੰਦਾ ਮਰ ਜਾਂਦਾ ਹੈ, ਕਸਮੇ ਬੰਦਾ ਮਰ ਜਾਂਦਾ ਹੈ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਸੁੱਚੀਆਂ ਗੱਲਾਂ, ਅਤੇ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ। ਕੱਲ੍ਹ ਕਿਸੇ ਨਵੀਂ ਗੱਲ ਦਾ ਪ੍ਰਚਾਰ ਕਰਾਂਗੇ। ਤੁਸੀਂ ਹਮੇਸ਼ਾ ਹੀ, ਮੈਂ ਆਪਣੇ ਤਮਾਮ ਸੁਣਨ ਵਾਲੇ, ਸੋਹਣੀਆਂ ਸਮਾਤਾਂ ਰੱਖਣ ਵਾਲੇ ਵੀਰਾਂ ਨੂੰ ਪੰਜਾਬ ਦੇ ਲੋਕ ਵਿਰਸੇ ਦੀ ਗੱਲ ਦੱਸੀ ਅਤੇ ਉਹਦੇ 'ਤੇ ਪ੍ਰਚਾਰ ਕੀਤਾ। ਆਪਣਾ ਅਤੇ ਆਪਣਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਨਿਗਹਿਬਾਨ।